ਐਤਕੀ ਫੀਸ ਭਰ ਨੂੰ ਗਹਾਲੀ ਵਾਰੀ ਤਾਂ ਪਿੰਡ ਵੀ ਭੇਜੋ, 100 ਦਾ 5000 ਬਣਦਾ, ਪੈਸੇ ਤਾਂ ਬਹੁਤ ਬਣਦੇ ਆ ਯਾਰ ਇੱਥੇ। ਬਾਪੂ ਨੂੰ ਗਰਮਕੋਟ ਤਾਂ ਐਤਕੀਓ ਭੇਜੋ, ਬਸ ਕੇ ਰਾਹ ਫੀਸ ਵਾਲਾ ਜੱਪ ਜਾ ਮੁੱਕ ਜੇ, ਨੋਟ ਤਾਂ ਟਰੱਕ ਭਰ ਭਰ ਕੇ ਭੇਜੋ ਪਿੰਡ, ਨਾਲੇ ਪਿੰਡ ਵੱਡਾ ਜਿਹਾ ਘਰ ਪਾਵਾਂਗੇ ਤਾਏ ਬਲਦੇ ਵਰਗਾ। ਐਵੇਂ ਲੋਕੀ ਕਹੀ ਜਾਂਦੇ ਯਾਰ ਵੀ ਪੈਸੇ ਨਹੀਂ ਬਣਦੇ, ਪੈਸੇ ਨਹੀਂ ਬਣਦੇ, ਬਣਦੇ ਤਾਂ ਬਹੁਤ ਆ, ਬੰਦਾ ਬਸ ਕਮਾਉਣ ਵਾਲਾ ਚਾਹੀਦਾ। ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ। ਏ ਬੀਬੀ ਇੱਥੇ ਠੰਡ ਚ ਧੱਕੇ ਖਾਂਦੇ ਨਾ, ਆ ਜਾ ਗੇਰਾ ਗੱਡੀ ਚ ਬਹਿ ਜਾ, ਆ ਜਾ ਪਰੋ ਜਮਾ ਫਰੈਸ਼ ਲੱਗਦੀ ਆ, ਵੀਜ਼ਾ ਭਰ ਦੇਗੇ ਤੇਰੀਆਂ, ਆ ਜਾ ਸਿੱਧੇ ਤਰੀਕੇ ਨਾਲ ਮੰਨ ਜਾ, ਨਹੀਂ ਤਾਂ ਜੱਟ ਨੂੰ ਧੱਕਾ ਕਰਨਾ ਪੈਜੂ। ਕੌਣ ਸੀਗੇ ਯਾਰ, ਕੀ ਗੱਲ ਹੋਈ, ਕੀ ਗੱਲ ਹੋਈ, ਤੂੰ ਰੋ ਕਾਹਤੋਂ ਰਹੀ ਆ ਭੈਣੇ, ਮੈਨੂੰ ਗਲਤ ਦੱਸ ਘੱਟੋ ਘੱਟ। ਓਏ ਯਾਰ ਤੂੰ ਮੇਰੀਆਂ ਭੈਣਾਂ ਵਰਗੀਆਂ, ਤੂੰ ਰੋਨੀ ਕਾਹਤੋਂ, ਤੂੰ ਮੈਨੂੰ ਗੱਲ ਦੱਸ। ਓਹੋ ਉਹ ਤੂੰ ਦੱਸਤਾ ਸਹੀ ਕੀ ਹੋਇਆ, ਤੂੰ ਬੈਗ ਛੱਡ, ਕੀ ਹੋਇਆ, ਤੈਨੂੰ ਕਹਿੰਦੇ ਸੀਗੇ ਕੁਛ ਉਹ? ਓਏ ਯਾਰ ਭੈਣੇ ਤੂੰ ਰੋ ਨਾ, ਮੈਂ ਮਰ ਜਾਣਾ। ਕਿਉਂ ਮਰ ਜਾਣਾ, ਕੀ ਹੋ ਗਿਆ? ਭੈਣੇ ਮੈਂ ਵੀ ਇੱਥੇ ਸਟੂਡੈਂਟ ਹੀ ਆ, ਤੂੰ ਚੁੱਪ ਕਰ ਜਾ, ਤੂੰ ਟੈਨਸ਼ਨ ਨਾ ਲੈ, ਆਪਣਾ ਇੱਥੇ ਘਰ ਹੈਗਾ, ਆਪਾਂ ਘਰੇ ਚੱਲ। ਓਹੋ ਭੈਣੇ ਡਰ ਨਾ, ਮੈਂ ਤੇਰੇ ਭਰਾਵਾਂ ਵਰਗਾ, ਤੇ ਘਰੇ ਕੋਈ ਨੀ ਹੈਗਾ, ਤੂੰ ਆਰਾਮ ਨਾਲ ਆਰਾਮ ਕਰੀ, ਚੱਲ ਆਪਾਂ ਚੱਲੀਏ, ਐਵੇਂ ਰੋਣਾ ਨੀ, ਰੋਣਾ ਕਿਹੜੀ ਗੱਲ ਤੋਂ, ਚੱਲ ਆਪਾਂ ਚੱਲੀਏ, ਸ਼ਾਬਾਸ਼। ਚੁੱਪ ਚੁੱਪ ਚੁੱਪ, ਰੋਈ ਕਾਹਤੋਂ ਜਾਂਦੀ ਆ, ਆ ਗਿਆ ਘਰ ਬਸ।